ਪੰਜਾਬ ਦੇ ਵਿੱਚ ਪੰਚਾਇਤੀ ਚੋਣਾਂ ਨੂੰ ਲੈ ਕੇ 15 ਅਕਤੂਬਰ ਨੂੰ ਵੋਟਿੰਗ ਹੋਣੀ ਹੈ, ਪਰ ਇਸੇ ਵਿਚਕਾਰ ਹੁਣ ਪਿੰਡਾਂ ਦੇ ਵਿੱਚ ਲਗਾਤਾਰ ਤਕਰਾਰਾਂ ਦੇ ਮਾਮਲੇ ਸਾਹਮਣੇ ਆ ਰਹੇ ਨੇ। ਜੀ ਹਾਂ, ਦੱਸ ਦਈਏ ਕਿ ਬੀਤੇ ਦਿਨਾਂ ਨੋਮੀਨੇਸ਼ਨ ਨੂੰ ਲੈ ਕੇ ਇੱਕ ਥਾਂ ਦੇ ਉੱਤੇ ਤਕਰਾਰ ਹੋਈ, ਜਿਸ ਦੇ ਵਿੱਚ ਦੱਸਿਆ ਜਾ ਰਿਹਾ ਹੈ ਕਿ ਇੱਕ ਔਰਤ ਦਾ ਸ਼ਰੇਆਮ ਕਤਲ ਕਰ ਦਿੱਤਾ ਗਿਆ। ਗੋਲੀਆਂ ਚੱਲੀਆਂ ਨੇ ਜਿਸ ਦੇ ਵਿੱਚ ਕਈ ਲੋਕ ਗੰਭੀਰ ਰੂਪ ਨਾਲ ਜ਼ਖਮੀ ਹੋਏ ਨੇ। ਤਾਂ ਮਾਮਲਾ ਅੰਮ੍ਰਿਤਸਰ ਤੋਂ ਸਾਹਮਣੇ ਆਇਆ, ਜਿੱਥੇ ਕਿ ਪਹਿਲਾਂ ਨੋਮੀਨੇਸ਼ਨ ਫਾਈਲ ਕਰਦੇ ਸਮੇਂ ਪਰਚੀ ਨੂੰ ਲੈ ਕੇ ਦੱਸਿਆ ਜਾ ਰਿਹਾ ਕਿ ਦੋ ਧਿਰਾਂ ਆਪਸ ਦੇ ਵਿੱਚ ਆਹਮੋ ਸਾਹਮਣੇ ਹੋ ਗਈਆਂ। ਪਹਿਲਾਂ ਤਾਂ ਉੱਥੇ ਇੱਕ ਦੂਜੇ ਦੇ ਉੱਤੇ ਹਮਲਾ ਕੀਤਾ ਗਿਆ, ਜੋ ਪੱਗਾਂ ਸੀ ਉਹ ਲੱਥ ਗਈਆਂ, ਅਤੇ ਫਿਰ ਇਸ ਤੋਂ ਬਾਅਦ ਦੇ ਵਿੱਚ ਜਿਵੇਂ ਹੀ ਦੋਵੇਂ ਧਿਰਾਂ ਪਿੰਡ ਦੇ ਵਿੱਚ ਦਾਖਲ ਹੋਈਆਂ ਤਾਂ ਪਿੰਡ ਦੇ ਵਿੱਚ ਇੱਕ ਵਾਰ ਫਿਰ ਤੋਂ ਘਰ ਦੇ ਵਿੱਚ ਵੜ ਕੇ ਇੱਕ ਧਿਰ ਨੇ ਹਮਲਾ ਕਰ ਦਿੱਤਾ, ਜਿਸ ਦੇ ਵਿੱਚ ਔਰਤ ਦੇ ਸਿਰ ਦੇ ਵਿੱਚ ਬਾਲੇ ਮਾਰੇ ਗਏ, ਜਿਸ ਦੇ ਕਾਰਨ ਔਰਤ ਦੀ ਦਰਦਨਾਕ ਮੌਤ ਹੋ ਗਈ, ਅਤੇ ਦੂਜੇ ਪਾਸੇ ਗੋਲੀਆਂ ਵੀ ਚਲਾਈਆਂ ਗਈਆਂ ਨੇ। ਗੋਲੀਆਂ ਤਿੰਨ ਵਿਅਕਤੀਆਂ ਦੇ ਲੱਗੀਆਂ ਨੇ, ਜਿਨ੍ਹਾਂ ਨੂੰ ਹੁਣ ਇਲਾਜ ਦੇ ਲਈ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ। ਤਾਂ ਖਬਰ ਅੰਮ੍ਰਿਤਸਰ ਤੋਂ ਸਾਹਮਣੇ ਆ ਰਹੀ ਹੈ, ਜਿੱਥੇ ਕਿ ਪੰਚਾਇਤੀ ਚੋਣਾਂ ਦੇ ਵਿੱਚ ਤਕਰਾਰ ਹੋਈ ਹੈ, ਅਤੇ ਤਕਰਾਰ ਦੇ ਕਾਰਨ ਹੀ ਇੱਕ ਔਰਤ ਦੀ ਦਰਦਨਾਕ ਮੌਤ ਹੋ ਗਈ ਹੈ। ਉੱਥੇ ਹੀ ਪੁਲਿਸ ਪ੍ਰਸ਼ਾਸਨ ਵੀ ਲਗਾਤਾਰ ਹਰਕਤ ਦੇ ਵਿੱਚ ਹੈ, ਉਹਨਾਂ ਦੇ ਵੱਲੋਂ ਵੀ ਕਾਰਵਾਈ ਸ਼ੁਰੂ ਕੀਤੀ ਗਈ ਅਤੇ ਦੋ ਮੁਲਜ਼ਮਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ। ਘਟਨਾ ਵਾਪਰੀ ਹੈ ਕਿ ਰਾਤੀ ਹੀ ਨੋਮੀਨੇਸ਼ਨ ਫਾਰਮ ਭਰਨ ਗਏ ਆ। ਹਾਂਜੀ, ਉੱਥੇ ਸਾਡੀ ਕਿਉਂਕਿ ਮੈਂ ਰਸੀਦਾਂ ਧੋਈ ਆ। ਹਾਂਜੀ, ਕਿੰਨਾ ਨਾਲ ਹੋਈ? ਆਪ ਦੀ ਪਾਰਟੀ ਨਾਲ ਹੋਈ ਆ। ਅੱਛਾ, ਆਪ ਦੇ ਵਰਕਰਾਂ ਨਾਲ? ਹਾਂਜੀ, ਅਸੀਂ ਰਸੀਦਾਂ ਮੰਗਦੇ, ਰਸੀਦਾਂ ਦਿੰਦੇ ਨਹੀਂ। ਉੱਥੇ ਸਾਡੀਆਂ ਅੰਦਰੋਂ ਉੱਧਰ ਪੱਗਾਂ ਲੱਥੀਆਂ ਨੇ, ਮੁੜ ਕੇ ਪਿੰਡ ਆਣ ਕੇ ਅਸੀਂ ਆਪ ਦੀ ਯਾਨੀ ਕਿ ਜਗ੍ਹਾ ਦੇ ਵਿੱਚ ਫੈਕਟਰੀ ਵਿੱਚ ਬਹਿ ਗਏ ਹਾਂ। ਇੱਥੇ ਆਣ ਕੇ ਅਤੇ ਉਹਨਾਂ ਨੇ ਸਾਡੇ 'ਤੇ ਗੋਲੀਆਂ ਦਾ ਹਮਲਾ ਕੀਤਾ। ਕਿੰਨੇ ਕੀਤਾ? ਕੀ ਨਾਂ ਜੀ? ਸੁਖਬੀਰ ਸਿੰਘ, ਆਲਮ ਸਿੰਘ, ਹੋਰ ਉਹਨਾਂ ਦੇ ਸਾਥੀ ਬਹੁਤ ਨੇ। ਤੁਸੀਂ ਕਿਹੜੀ ਪਾਰਟੀ ਨਾਲ ਸੰਬੰਧ ਰੱਖਦੇ? ਅਸੀਂ ਕਾਂਗਰਸ ਪਾਰਟੀ ਨਾਲ ਸੰਬੰਧ ਰੱਖਦੇ ਹਾਂ। ਹਾਂਜੀ, ਅਤੇ ਜਿਹਦੇ 'ਚ ਸਾਡੇ ਦੋ ਬੰਦਿਆਂ ਨੂੰ, ਇੱਕ ਸਾਡੀ ਜਨਾਨੀ ਔਰਤ ਮਰ ਗਈ ਆ ਮੌਕੇ 'ਤੇ, ਉਹਨਾਂ ਨੇ ਸੱਟ ਲਾਈ ਬਾਲਾ ਮਾਰ ਕੇ। ਕੀ ਨਾਂ? ਕੀ ਉਹਦਾ? ਉਹਦਾ ਨਾਂ ਹੈਗਾ ਕੁਲਦੀਪ ਕੌਰ। ਅੱਛਾ ਜੀ, ਮੌਕੇ 'ਤੇ ਮੌਤ ਹੋ ਗਈ? ਮੌਕੇ 'ਤੇ ਮੌਤ ਹੋ ਗਈ ਆ। ਹਾਂਜੀ, ਇੱਕ ਸਾਡੇ ਪ੍ਰੇਮ ਸਿੰਘ, ਹਾਂਜੀ, ਧਰਮੱਸਾ ਸਿੰਘ, ਉਹਨਾਂ ਦੇ ਸਿਰਲੇ ਵੱਜੇ ਆ, ਗੋਲੀ ਵੱਜੀ ਆ। ਅਤੇ ਜਿਹੜਾ ਸ਼ਮਸ਼ੇਰ ਸਿੰਘ, ਉਹਨਾਂ ਦੇ ਤਿੱਖੇ ਹਥਿਆਰਾਂ ਨਾਲ ਹਮਲਾ ਕੀਤਾ ਗਿਆ, ਉਹਨਾਂ ਦੇ ਦਾਤਰ ਅਤੇ ਜੋ ਵੀ ਉਹਨਾਂ ਦੇ ਕੋਲ ਆਇਆ ਉਹ ਮਾਰੇ ਗਏ ਆ। ਉਹਨੂੰ ਸੱਟਾਂ ਬਹੁਤ, ਸਰਲੇ ਵੀ ਜਿਹੜਾ ਸ਼ਮਸ਼ੇਰ ਸਿੰਘ ਨੂੰ ਵੱਜੇ ਆ। ਅਤੇ ਕਿੱਥੇ ਹੁਣ? ਉਹ ਹੋਸਪਿਟਲ ਹੈ, ਗੁਰੂ ਨਾਨਕ ਦੇਵ ਜੀ ਹੋਸਪਿਟਲ ਰਾਲ ਦੇ। ਅੱਛਾ ਜੀ, ਅਤੇ ਦਾਖਲ ਆ। ਅੱਛਾ ਜੀ, ਅਤੇ ਪੁਲਿਸ ਪਹੁੰਚੀ ਮੌਕੇ 'ਤੇ? ਪੁਲਿਸ ਪਹੁੰਚੀ ਮੌਕੇ 'ਤੇ। ਹਾਂਜੀ, ਪੁਲਿਸ ਦਾ ਸਾਥ ਸਾਨੂੰ ਵਧੀਆ ਮਿਲ ਰਿਹਾ, ਉਹ ਆਪਣੇ ਤਰੀਕੇ ਨਾਲ ਜੋ ਕਾਨੂੰਨੀ ਕਾਰਵਾਈ ਉਹ ਰਾਤ ਦੀ ਕਰਨ ਡੇ ਆ। ਅੱਛਾ ਜੀ, ਅਤੇ ਹੁਣ ਕੀ ਮੰਗ ਕਰਦੇ? ਅਸੀਂ ਮੰਗਦੇ ਹਾਂ ਕਿ ਉਹਨਾਂ ਦੇ ਖਿਲਾਫ਼ ਸਖ਼ਤ ਤੋਂ ਸਖ਼ਤ ਕਾਰਵਾਈ ਹੋਣੀ ਚਾਹੀਦੀ ਆ, ਉਹਨਾਂ ਦੇ ਖਿਲਾਫ਼ ਚੰਗੇ ਵਧੀਆ ਤਰੀਕੇ ਨਾਲ ਪਰਚੇ ਜਿਹੜੇ ਦਰਜ ਹੋਣੇ ਚਾਹੀਦੇ ਆ, ਉਹਨਾਂ ਨੂੰ ਅਰੈਸਟ ਕਰਨੀ ਚਾਹੀਦੀ ਉਹਨਾਂ ਦੀ। ਕੋਈ ਹੋਇਆ ਪਰਚਾ ਦਰਜ ਹੋਇਆ ਕਿ ਜਾਂ ਅਰੈਸਟ ਕੀਤਾ ਕੋਈ ਬੰਦਾ ਜੀ? ਬੰਦੇ ਦੋ ਉਹਨਾਂ ਦੇ ਅਰੈਸਟ ਕੀਤੇ ਆ। ਅੱਛਾ ਜੀ, ਹੀਰਾ ਸਿੰਘ ਪੁੱਤਰ ਬੰਤਾ ਸਿੰਘ, ਗੁਰਚਰਨ ਸਿੰਘ ਪੁੱਤਰ ਵੀਰ ਸਿੰਘ, ਇਹ ਦੋ ਬੰਦੇ ਉਹਨਾਂ ਦੇ ਮੌਕੇ ਤੋਂ ਕਾਬੂ ਕੀਤੇ ਆ। ਕਿੰਨੇ ਜ਼ਖਮੀ ਹੋਏ? ਕਿੰਨੇ ਬੰਦੇ ਜ਼ਖਮੀ ਹੋਏ?